ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਜੀ ਸਾਰਿਆਂ ਦਾ। ਵੀਰ ਜੀ ਨਵਾਂ ਟ੍ਰੇਲਰ ਰੈਡੀ ਹੋਇਆ ਹੈ ਜੀ, ਰੈੱਡ ਕਲਰ ਦੇ ਵਿੱਚ, 14x7 ਫੁੱਟ ਬਾਡੀ, 2.25 ਫੁੱਟ ਹੈ ਜੀ, ਬਿੱਡ ਉੱਤੇ 2.5 ਫੁੱਟ ਹੈ, ਬਿੱਡ ਪਲਾਜਮਾ ਕੱਟਿੰਗ ਹੈ ਜੀ, ਲਾਈਟਾਂ ਲਾਈਆਂ ਨੇ ਜੀ ਟਰਾਲੇ ਨੂੰ, ਦੇਖ ਸਕਦੇ ਹੋ ਵੀਰ ਜੀ 4 ਲਾਈਟਾਂ ਸਾਈਡਾਂ 'ਤੇ ਨੇ ਜੀ, ਦੋਨੋਂ ਸਾਈਡਾਂ 'ਤੇ 4-4 ਲਾਈਟਾਂ ਨੇ ਜੀ, ਦੂਜੀ ਸਾਈਡ ਤੋਂ ਵੀ ਦਿਖਾਉਂਦੇ ਹਾਂ ਤੁਹਾਨੂੰ, ਆਹ ਦੇਖ ਸਕਦੇ ਹੋ ਜੀ ਦੂਜੀ ਸਾਈਡ 'ਤੇ ਵੀ 4 ਲਾਈਟਾਂ ਨੇ ਜੀ। ਆਹ ਬੈਕ 'ਤੇ ਦੇਖ ਸਕਦੇ ਹੋ ਵੀਰ ਜੀ ਵੱਡੀਆਂ ਲਾਈਟਾਂ ਨੇ ਜੀ ਟਰੱਕ ਵਾਲੀਆਂ, ਪਾਰਕਿੰਗ ਇੰਡੀਕੇਟਰ ਬ੍ਰੇਕ ਸਾਰੇ ਇਹਨਾਂ ਲਾਈਟਾਂ ਦੇ ਵਿੱਚ ਆਪਸ਼ਨ ਹੈਗੇ ਆ ਵੀਰ ਜੀ, ਆਹ ਇੰਡੀਕੇਟਰ ਹੋ ਗਏ ਜੀ, ਬ੍ਰੇਕ ਹੋ ਗਏ, ਸਾਰਾ ਸਿਸਟਮ ਹੈਗਾ ਜੀ ਇਹਨਾਂ ਦੇ ਵਿੱਚ, ਟਰੱਕ ਵਾਲੀਆਂ ਲਾਈਟਾਂ ਨੇ ਜੀ, LED-ਆਂ ਓਰੀਜਨਲ ਲਾਈਟਾਂ ਹੁੰਦੀਆਂ ਨੇ ਵੀਰ ਜੀ, ਕੋਈ ਚਾਈਨੀਜ਼ ਲਾਈਟ ਨਹੀਂ ਹੁੰਦੀ ਜੀ, ਇਹ ਟਰੱਕ ਵਾਲੀਆਂ ਲਾਈਟਾਂ ਹੁੰਦੀਆਂ ਨੇ ਜੀ। 2 ਫਾ ਡੱਲ ਹੈ ਜੀ ਟਰਾਲੇ ਦਾ, ਪੂਰੇ ਦਾ ਰਿਵਿਊ ਕਰਾਵਾਂਗੇ, ਜਹਾਜ਼ ਵਾਲਾ ਫਰਸ਼ ਹੈ ਜੀ, ਡਬਲ ਜੈਕ ਹੈ, 10 ਇੰਚੀ ਚਾਸੀ ਹੈ ਵੀਰ ਜੀ, ਵੀਡੀਓ ਵੀਰ ਜੀ ਪੂਰੀ ਦੇਖਿਆ ਕਰੋ, ਵੀਡੀਓ ਦੇਖ ਕੇ ਲਾਈਕ ਅਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਕਿੱਦਾਂ ਦੀ ਲੱਗੀ, ਅਤੇ ਸ਼ੇਅਰ ਵੀ ਕਰਿਆ ਕਰੋ। ਟਰਾਲੇ ਦਾ ਵਜ਼ਨ ਵੀਰ ਜੀ 28 ਕੁਇੰਟਲ ਹੈ ਜੀ, 28+ ਹੈ ਜੀ, ਰੇਟ 2,45,000 ਰੁਪਏ ਆ ਵੀਰ ਜੀ, ਰੇਲ ਵਾਲੇ ਤੋਂ ਹੈਵੀ ਹਿੱਸਾ ਪਿਆ ਹੋਇਆ ਹੈ ਜੀ ਕੋਲ, ਸਾਰੇ ਟਰਾਲੇ ਦਾ ਰਿਵਿਊ ਕਰਾਵਾਂਗੇ, ਇਕੱਲੀ ਇਕੱਲੀ ਚੀਜ਼ ਤੁਹਾਨੂੰ ਦਿਖਾਵਾਂਗੇ ਜੀ, 2,45,000 ਰੁਪਏ ਰੇਟ ਹੈ ਜੀ, ਬਾਕੀ ਮੌਕੇ 'ਤੇ ਘੱਟ ਵੱਧ ਹੋ ਜੂਗਾ ਵੀਰ ਜੀ। ਹੁਣ ਟਰਾਲੇ ਦਾ ਰਿਵਿਊ ਕਰਾਉਂਦੇ ਆ ਵੀਰ ਜੀ ਤੁਹਾਨੂੰ, ਆਹ ਜਿਹੜੀ ਹੁੱਕ ਹੈ ਜੀ 3.5 ਇੰਚੀ ਮੋਟੀ ਹੋਇਆ ਜੀ, ਟਰੈਕਟਰ ਨੂੰ ਪੈਂਦੀ ਹੈ, ਆਹ ਜੈਕ ਵਾਲਾ ਪੈਪ ਸਾਰਾ ਨਵਾਂ ਹੁੰਦਾ ਜੀ, ਜੈਕ ਦੇ ਨਾਲ ਕਿੱਟ ਆਉਂਦੀ ਆ, ਸਾਰਾ ਪੈਪ ਅੰਡਰਗਰਾਊਂਡ ਕੱਢਿਆ ਹੋਇਆ ਹੈ ਜੀ, ਮੱਛੀ ਹੁੱਕ ਦੇ ਵਿੱਚ ਹੈ ਵੀਰ ਜੀ ਟਰਾਲਾ, ਮੱਛੀ ਆਪਾਂ ਨੇ ਵੱਧ ਤੋਂ ਵੱਧ ਲੰਬੀ ਕੀਤੀ ਹੋਈ ਹੈ ਜੀ, ਟਰੈਕਟਰ ਦੇ ਟਾਇਰਾਂ ਦੇ ਵਿੱਚ ਨਾ ਫਸੇ ਜੀ, ਜਿਵੇਂ ਮਰਜ਼ੀ ਟਰੈਕਟਰ ਪਾ ਕੇ ਦੇਖਿਓ ਟਰਾਲੀ ਨੂੰ, ਫੁੱਲ ਗਰੰਟੀ ਹੈ ਜੀ ਆਪਣੀ, ਸਟੈਂਡ ਫੁੱਲ ਹੈਵੀ ਹੈ ਜੀ, ਲੋਡ ਦੀ ਟਰਾਲੀ ਨੂੰ ਖੜ੍ਹਨ ਦੇ ਵਿੱਚ ਦਿੱਕਤ ਨਾ ਆਵੇ ਜੀ, ਪੂਰਾ ਫੁੱਲ ਹੈਵੀ ਸਟੈਂਡ ਹੈ ਵੀਰ ਜੀ, ਹੈਵੀ ਬੱਤੇ ਦਾ ਬਣਿਆ ਹੋਇਆ ਹੈ ਜੀ, ਆਹ ਜੈਕ ਵਾਲੇ ਲੋਕ ਦੋਨੋਂ ਸਾਈਡਾਂ ਦੇ ਲਾਏ ਹੋਏ ਨੇ ਵੀਰ ਜੀ, ਜੈਕ ਵਾਲੇ ਲੋਕ ਹੁੰਦੇ ਨੇ ਜੀ ਰੋਡ 'ਤੇ, ਜੈਕ ਵਾਲੀ ਟਰਾਲੀ ਉੱਤੇ ਨੀਚੇ ਹੁੰਦੀ ਹੈ ਜੀ, ਆਹ ਲੋਕ ਜਾਮ ਕਰ ਦਿੰਦੇ ਨੇ ਜੀ ਇਹਨੂੰ, ਜਿੰਨੀ ਮਰਜ਼ੀ ਸਪੀਡ ਦੇ ਵਿੱਚ ਲੈ ਜਾਓ ਬਿਲਕੁਲ ਨਹੀਂ ਟਰਾਲੀ ਉੱਤੇ ਨੀਚੇ ਹੋਊਗੀ। ਆਹ ਪੌੜੀ ਲੱਗੀ ਹੋਈ ਹੈ ਜੀ, ਦੇਖ ਸਕਦੇ ਹੋ ਪੌੜੀ ਵੀਰ ਜੀ ਇੱਕ ਸਾਈਡ 'ਤੇ ਵੀ ਲੱਗੀ ਹੋਈ ਹੈ ਜੀ, ਆਹ ਲਾਈਟਾਂ ਦੀ ਵਾਇਰਿੰਗ ਹੈ ਜੀ, ਇਹਦੇ 'ਤੇ ਵੀਰ ਜੀ ਸਿਸਟਮ ਲੱਗਣਾ ਹੈ ਜੀ ਜਿਹੜਾ ਟਰੈਕਟਰ ਦੇ ਵਿੱਚ ਲੱਗੂਗਾ, ਇੰਡੀਕੇਟਰ ਵਾਲੀ ਤਾਰ ਲੱਗ ਗਿਆ ਜੀ, ਬ੍ਰੇਕਾਂ ਵਾਲੀ ਲੱਗ ਗਿਆ, ਪਾਰਕਿੰਗ ਵਾਲੀ ਲੱਗ ਗਿਆ ਜੀ, ਸਾਰਾ ਸਿਸਟਮ ਹੈਗਾ ਜੀ ਲਾਈਟਾਂ ਦੇ ਵਿੱਚ, ਆਹ ਰੀਲਾਂ ਦੋਨੋਂ ਸਾਈਡਾਂ 'ਤੇ ਲੱਗੀਆਂ ਨੇ ਜੀ, ਮਸ਼ੀਨੀ ਰੀਲਾਂ ਹੁੰਦੀਆਂ ਨੇ ਵੀਰ ਜੀ ਹੈਵੀ, ਆਹ ਦੂਜੀ ਸਾਈਡ 'ਤੇ ਵੀ ਦੇਖ ਸਕਦੇ ਹੋ ਜੀ, ਰੱਸਾ ਖਿੱਚਣ ਵਾਲੀਆਂ ਰੀਲਾਂ ਹੁੰਦੀਆਂ ਨੇ ਜੀ, ਆਹ ਆਪਣਾ ਟੋਚਨ ਹੁੱਕ ਕਹਿੰਦੇ ਆ ਜੀ ਇਹਨੂੰ, ਦੋਨੋਂ ਸਾਈਡਾਂ 'ਤੇ ਆ ਜੀ, ਆਹ ਵੀ ਦੇਖ ਸਕਦੇ ਹੋ ਵੀਰ ਜੀ ਦੋਨੋਂ ਸਾਈਡਾਂ ਦੇ ਹੁੱਕਾਂ ਨੇ ਜੀ, ਜਿਵੇਂ ਵੀਰ ਜੀ ਲੋਡ ਦੀ ਟਰਾਲੀ ਕਿਤੇ ਫਸ ਜਾਂਦੀ ਹੈ ਜੀ, ਦੂਆ ਟਰੈਕਟਰ ਪਾ ਕੇ ਚਾਹੇ ਇੱਧਰ ਵਾਲੀ ਸਾਈਡ ਖਿੱਚ ਲਓ ਜੀ, ਚਾਹੇ ਉੱਧਰ ਵਾਲੀ ਸਾਈਡ ਖਿੱਚ ਲਓ, ਜਿਹੜੀ ਸਾਈਡ ਨੂੰ ਵੀ ਤੁਹਾਨੂੰ ਸੈੱਟ ਬੈਠਦਾ ਉਸੇ ਸਾਈਡ ਖਿੱਚ ਸਕਦੇ ਹੋ ਜੀ, ਦੋਨੋਂ ਸਾਈਡਾਂ 'ਤੇ ਇਸੇ ਕਰਕੇ ਹੁੱਕ ਦਿੱਤੀ ਹੋਈ ਹੁੰਦੀ ਹੈ ਜੀ। ਆਹ ਆਪਣਾ ਸਾਰਾ ਸਿਸਟਮ ਲੇਜ਼ਰ ਕਟਿੰਗ ਹੈ ਜੀ, ਦੇਖ ਸਕਦੇ ਹੋ, ਕਲਰ ਦੀ ਕੁਆਲਿਟੀ ਚੈੱਕ ਕਰੋ ਵੀਰ ਜੀ, ਮੈਂ ਹਰੇਕ ਵੀਡੀਓ ਦੇ ਵਿੱਚ ਕਹਿੰਦਾ ਜੀ ਗੱਡੀ ਕੋਲ ਗੱਡੀ ਖੜਾ ਲਓ ਜੀ, ਨਵੀਂ ਉਹਦੇ 'ਤੇ ਹੱਥ ਫੇਰੋ ਅਤੇ ਆਹ ਟਰਾਲੇ 'ਤੇ ਹੱਥ ਫੇਰੋ, ਕਲਰ ਦੇ ਵਿੱਚ ਕੋਈ ਫਰਕ ਲੱਗੂਗਾ ਵੀਰ ਜੀ ਤੁਹਾਨੂੰ, ਆਪਾਂ ਬੈਠੇ ਹਾਂ ਜੀ ਬਿਲਕੁਲ ਓਰੀਜਨਲ ਐਸਵਾ ਕੰਪਨੀ ਦਾ ਪੇਂਟ ਹੁੰਦਾ ਹੈ ਜੀ, ਦੂਈ ਗੱਲ ਲੋਹੇ ਦੀ ਹੈ ਵੀਰ ਜੀ, ਲੋਹਾ ਵੀ ਦੇਖ ਲਓ ਐਂਗਲ 'ਤੇ, ISI ਮਾਰਕਾ ਲੋਹਾ ਹੁੰਦਾ ਹੈ ਜੀ ਆਪਣਾ, 55 ਦੀ ਐਂਗਲ ਹੈ ਜੀ ਟਰਾਲੇ ਨੂੰ, 2 ਸੂਤ 2 ਇੰਚ, ਸਾਈਡ ਵਾਲੀ ਚਾਦਰ ਵੀਰ ਜੀ 10 ਗੇਜ ਹੈ ਜੀ, ਪਿਓਰ ਬਕਾਰੋ ਕੰਪਨੀ ਦੀ,
5 ਸਾਲ ਦੀ ਆਪਣੀ ਪੂਰੇ ਲੋਹੇ ਦੀ ਗਰੰਟੀ ਹੈ ਜੀ। ਜੇ ਜੰਗ ਲੱਗ ਜੇ ਲੋਹੇ ਨੂੰ, ਜੰਗ ਤਾਂ ਵੀਰ ਜੀ ਲੱਗਣੀ ਦੂਰ ਰਹੀ ਜੀ, ਜੇ ਰੰਗ ਵੀ ਉੱਤਰ ਜੇ ਆਪਣੀ ਪੂਰੀ ਗਰੰਟੀ ਹੈ ਜੀ। ਹੁਣ ਨੀਚੇ ਦਿਖਾਉਂਦੇ ਆ ਟਰਾਲਾ ਤੁਹਾਨੂੰ, ਡਬਲ ਜੈਕ ਦੇ ਵਿੱਚ ਹੈ ਵੀਰ ਜੀ, 20-20 ਟਨ ਵਾਲੇ ਦੋ ਜੈਕ ਹੈ ਜੀ, 400 ਕੁਇੰਟਲ ਜੈਕਾਂ ਦੀ ਕਪੈਸਿਟੀ ਹੋਊਗੀ ਜੀ। 2 ਸਾਲ ਦੀ ਗਰੰਟੀ ਹੈ ਜੀ ਜੈਕਾਂ ਦੀ ਆਪਣੀ, ਕੋਈ ਦਿੱਕਤ ਆ ਗਈ ਨਵਾਂ ਚੇਂਜ ਕਰਕੇ ਦੇ ਦਾਂਗੇ। ਆਹ 10 ਇੰਚੀ ਪਿਓਰ MC ਕੰਪਨੀ ਦੀ ਚਾਸੀ ਹੈ ਵੀਰ ਜੀ, ਹੈਵੀ ਵਾਲੀ, 4-2 ਦੇ ਥੱਲੇ ਬੱਤੇ ਨੇ ਜੀ, ISI ਮਾਰਕਾ ਦੇਖ ਸਕਦੇ ਹੋ, ਹਰੇਕ ਲੋਹੇ ਦੇ ਵੀਰ ਜੀ ISI ਮਾਰਕਾ ਤੁਹਾਨੂੰ ਮਿਲੂਗਾ। ਟਾਇਰਾਂ ਦੀ ਕੰਡੀਸ਼ਨ 20-25 ਪੈਸੇ ਹੈ ਜੀ ਬੇਦਾਗ, ਅਤੇ ਡਬਲ ਜੈਕ ਹੈ ਜੀ। ਜੈਕ ਵਾਲਾ ਸਿਸਟਮ ਦੇਖੋ ਵੀਰ ਜੀ, ਪੂਰਾ ਫੁੱਲ ਹੈਵੀ ਕੀਤਾ ਹੋਇਆ ਹੈ ਜੀ, ਜਿਵੇਂ ਮਰਜ਼ੀ ਜਿੰਨਾ ਮਰਜ਼ੀ ਲੋਡ ਪਾ ਕੇ ਟਰਾਲੀ ਨੂੰ ਚੱਕ ਦਿਓ। ਜੇ ਜੈਕ ਨੂੰ ਉੱਠਣ ਦੇ ਵਿੱਚ ਕੋਈ ਦਿੱਕਤ ਆ ਜੇ, ਆਪਾਂ ਬੈਠੇ ਹਾਂ ਜੀ, ਆਪਾਂ ਕੋਲ ਖੜ ਜਾਂਗੇ ਵੀਰ ਜੀ। ਆਹ ਸਪੋਰਟ ਦਿੱਤੀ ਹੋਈ ਹੈ ਜੀ ਦੋਨੋਂ ਚਾਸੀਆਂ ਨੂੰ। ਟੂਲ ਬਾਕਸ ਵੱਡਾ ਲੱਗਿਆ ਹੋਇਆ ਹੈ ਜੀ, ਬਿਸਤਰੇ ਪਾਉਣ ਨੂੰ ਜੋ ਮਰਜ਼ੀ ਸਮਾਨ ਤੁਸੀਂ ਇਹਦੇ ਵਿੱਚ ਰੱਖ ਸਕਦੇ ਹੋ, ਬਿਸਤਰੇ ਵੀ ਆ ਜਾਣਗੇ ਜੀ, ਅਤੇ ਖਾਣ ਪੀਣ ਦਾ ਸਮਾਨ ਵੀ ਐਡਜਸਟ ਹੋ ਜਾਊਗਾ ਕਿਤੇ ਦੂਰ ਟਰਾਲਾ ਲੈ ਕੇ ਜਾਣਾ ਹੋਵੇ। ਆਟੋ ਲੋਕ ਟੂਲ ਹੈ ਜੀ। ਆਹ ਡਾਲੇ ਦੇ ਬਾਜ਼ ਦੀ ਫੋਟੋ ਲੱਗੀ ਹੋਈ ਹੈ ਜੀ, ਸਾਈਡ ਵਾਲਾ ਡਾਲਾ, ਮੈਟ ਵਾਲੀ ਫੋਟੋ ਹੁੰਦੀ ਹੈ ਜੀ। ਬਾਡੀ ਵੀਰ ਜੀ ਤੁਹਾਨੂੰ ਦੱਸੀ ਹੈ ਜੀ, 2.25 ਫੁੱਟ ਹੈ ਜੀ, ਨੀਚੇ ਪਲੇਨ ਸਰੀਏ ਪਏ ਹੋਏ ਨੇ ਜੀ, ਅਤੇ ਉੱਪਰ ਪੈਪ ਪਿਆ ਹੋਇਆ। ਐਂਗਲ ਵੀ ਪਾ ਦਿੰਦੇ ਹਾਂ ਬਾਈਆਂ ਨੂੰ, ਜਿਹੜੇ ਬਾਈ ਨੂੰ ਐਂਗਲ ਚਾਹੀਦੀ ਹੈ ਜੀ, ਐਂਗਲ ਵੀ ਪਾ ਦਾਂਗੇ। ਬੈਲਡਿੰਗ ਦੀ ਸਫਾਈ ਚੈੱਕ ਕਰੋ ਜੀ, ਫੁੱਲ ਫਿਨਿਸ਼ਿੰਗ ਹੈ ਵੀਰ ਜੀ, ਦੇਖ ਸਕਦੇ ਹੋ ਪੂਰਾ ਗਰੈਂਡਰ ਵੱਜਿਆ ਹੋਇਆ ਜੀ ਟਰਾਲੇ ਨੂੰ, ਫੁੱਲ ਬੈਲਟ ਭਰਿਆ ਹੋਇਆ, ਪ੍ਰਾਈਮਰ ਲੱਗਿਆ ਹੋਇਆ ਜੀ, ਪੱਟੀ ਭਰੀ ਹੋਈ ਆ, ਫਿਰ ਜਾ ਕੇ ਪੇਂਟ ਹੋਇਆ ਹੋਇਆ ਜੀ। 4-4 ਸਪੋਰਟਾਂ ਲੱਗੀਆਂ ਨੇ ਜੀ, ਪਹਿਲੀ ਸਪੋਰਟ ਦੂਜੀ ਟਾਇਰਾਂ ਦੇ ਅੱਗੇ ਹੈ, ਤੀਜੀ ਟਾਇਰਾਂ ਦੇ ਪਿੱਛੇ ਜੀ, ਚੌਥੀ ਲਾਸਟ ਦੇ ਵਿੱਚ ਹੈ। 14-foot ਟ੍ਰੇਲਰ ਹੈ ਜੀ, 7-foot ਚੌੜਾ ਹੈ ਜੀ, 14-foot ਇਹਨੂੰ 15 ਬੱਤੇ ਪਾਏ ਨੇ ਵੀਰ ਜੀ ਆਪਾਂ ਨੇ, 1-foot ਤੋਂ ਵੀ ਘੱਟ ਦੇ 15 ਹੀ ਐਂਗਲਾਂ ਨੇ ਜੀ, ਅਤੇ 4-4 ਸਪੋਰਟਾਂ ਨੇ ਜੀ ਦੋਨੋਂ ਸਾਈਡਾਂ ਦੇ। ਆਹ ਦੇਖ ਸਕਦੇ ਹੋ ਜੀ, ਪਹਿਲੀ ਸਪੋਰਟ ਆ ਰਹੀ ਜੀ, ਦੂਜੀ ਸਪੋਰਟ ਆ ਰਹੀ ਵੀਰ ਜੀ, ਤੀਜੀ ਸਪੋਰਟ ਆ ਰਹੀ ਜੀ, ਚੌਥੀ ਆ ਰਹੀ, ਅਤੇ ਆਹ ਰੱਸੇ ਵਾਲੇ ਸਾਈਡਾਂ ਵਾਲੇ ਕੁੰਡੇ ਨੇ ਜੀ, ਰੱਸਾ ਮਾਰਦੇ ਨੇ ਜਦ ਆਹ ਕੰਮ ਆਉਂਦੇ ਨੇ ਵੀਰ ਜੀ। ਹਰੇਕ ਖੰਨੇ ਦੇ ਵਿੱਚ ਆਪਾਂ ਨੇ ਕੁੰਡਾ ਲਾਇਆ ਹੋਇਆ ਜੀ, ਅਤੇ ਬਿੱਡ 2.5-foot ਦਾ ਜੀ, ਬਿੱਡ ਦੇ ਵਿੱਚ 3 ਪੈਪ ਹੈ, ਚੌਥਾ ਚਕੋਰ ਹੈ ਜੀ, ਪਲਾਜ਼ਮਾ ਬਿੱਡ ਹੈ ਵੀਰ ਜੀ, ਜਪਾਨੀ ਜਾਲੀ ਹੈ ਇਹਦੀ, ਜਪਾਨੀ ਜਾਲੀ ਲੱਗੀ ਹੋਈ ਹੈ ਬਿੱਡ ਦੇ ਵਿੱਚ, ਅੰਦਰੋਂ ਵੀ ਦਿਖਾਵਾਂਗੇ ਤੁਹਾਨੂੰ। ਹੁਣ ਵੀਰ ਜੀ ਹਿੱਸਾ ਦਿਖਾਉਂਦੇ ਹਾਂ ਜੀ ਤੁਹਾਨੂੰ, ਹਿੱਸਾ ਦੇਖ ਸਕਦੇ ਹੋ ਜੀ, ਰੇਲ ਵਾਲੇ ਤੋਂ ਵੀ ਹੈਵੀ ਹਿੱਸਾ ਲੱਗਿਆ ਹੋਇਆ ਵੀਰ ਜੀ, ਸ਼ਕਤੀਮਾਨ ਕੰਪਨੀ ਦਾ ਗੋਲ, 5.5-6 ਇੰਚੀ ਹਿੱਸਾ ਹੁੰਦਾ ਹੈ ਜੀ, 350 ਕੁਇੰਟਲ ਦੀ ਇਹ ਹਿੱਸੇ ਦੀ ਆਪਣੀ ਗਰੰਟੀ ਹੁੰਦੀ ਹੈ ਜੀ। ਆਹ ਆਪਣਾ ਲਾਈਟਾਂ ਦੀ ਵਾਇਰਿੰਗ ਹੋ ਗਈ ਜੀ, ਹੱਬ ਇਹਨੂੰ 10 ਨਟੀ ਹੈ ਵੀਰ ਜੀ, ਬਿਲ ਕੱਪ ਪਾਏ ਹੋਏ ਨੇ ਇਸ ਕਰਕੇ ਹੱਬ ਦਿਖ ਨਹੀਂ ਸਕਦੀ ਜੀ। 10 ਨਟੀ 20x22 ਨੰਬਰ, ਜਦੋਂ ਤੁਸੀਂ ਇੱਥੇ ਆਪਣੀ ਸ਼ੋਪ 'ਤੇ ਪਹੁੰਚੋਗੇ ਜੀ, ਆਹ ਤੁਹਾਨੂੰ ਚੈੱਕ ਵੀ ਕਰਾ ਦਾਂਗੇ। ਆਹ ਡੀ ਪਲੇਟ ਹੈ ਜੀ, ਟਾਇਰਾਂ ਦਾ ਕਵਰ ਵੀ ਕਹਿੰਦੇ ਇਹਨੂੰ, ਨਿਊ ਮੋਡਲ ਲਿਖਿਆ ਹੋਇਆ ਜੀ ਲੇਜ਼ਰ ਕਟਿੰਗ ਨਾਲ। ਆਹ ਪਿੱਛੇ ਲਾਇਆ ਹੋਇਆ ਜੀ ਟੋਰ ਵਾਸਤੇ ਟਰਾਲੇ ਦੀ, ਦੇਖ ਸਕਦੇ ਹੋ ਟਾਇਰਾਂ ਦੇ ਅੱਗੇ ਵੀ ਲਾਇਆ ਹੋਇਆ ਜੀ, ਪਿੱਛੇ ਵੀ ਡਿਜ਼ਾਇਨ। ਆਹ ਆਪਣਾ ਪਲੇਟ ਲਾਈ ਹੋਈ ਹੈ ਜੀ ਟਾਇਰਾਂ ਦੇ ਪਿੱਛੇ, ਮੈਟ ਲਾਉਣ ਨੂੰ ਗਾਰੇ ਵਾਲਾ ਜਿਵੇਂ ਗੱਡੀਆਂ ਨੂੰ ਹੁੰਦਾ ਹੈ ਜੀ। ਫਿਨਿਸ਼ਿੰਗ ਚੈੱਕ ਕਰ ਲਓ ਵੀਰ ਜੀ, ਫਿਨਿਸ਼ਿੰਗ ਫੁੱਲ ਹੈ ਜੀ ਟਰਾਲੇ ਦੀ। ਹੁਣ ਆਪਾਂ ਤੁਹਾਨੂੰ ਅੰਦਰੋਂ ਦਿਖਾਉਂਦੇ ਹਾਂ ਜੀ ਟਰਾਲਾ, ਫਰਸ਼ ਦੇਖੋ ਵੀਰ ਜੀ, ਪਿਓਰ ਜਹਾਜ਼ ਵਾਲਾ ਫਰਸ਼ ਹੈ ਜੀ,
ਆਪਣੇ ਟਰਾਲੇ ਦੀ ਆਹੀ ਸਭ ਤੋਂ ਬੜੀ ਖੂਬੀ ਹੁੰਦੀ ਹੈ ਜੀ, ਪਿਓਰ ਜਹਾਜ਼ ਵਾਲਾ ਫਰਸ਼ ਹੁੰਦਾ ਜੀ। ਜਦ ਤੁਸੀਂ ਇਹਨੂੰ 2-4 ਵਾਰ ਗੇੜੇ ਲਾਓਗੇ ਜੀ, ਭਰ ਕੇ ਲੋਡ ਕਰਕੇ, ਪੂਰਾ ਚਿੱਟਾ ਦੁੱਧ ਵਰਗਾ ਫਰਸ਼ ਨਿਕਲ ਜਾਂਦਾ ਹੈ ਜੀ। ਚਾਹੇ ਚੌਂਕੜੀ ਮਾਰ ਕੇ ਅੰਦਰ ਬਹਿ ਜਾਓ ਜੀ ਟਰਾਲੇ ਦੇ ਵਿੱਚ, ਕੱਪੜਿਆਂ ਨੂੰ ਨਹੀਂ ਲੱਗੂਗਾ ਕੁਛ ਵੀ, ਕੱਪੜੇ ਖਰਾਬ ਨਹੀਂ ਹੋਣਗੇ ਜੀ। ਬਾਡੀ ਟਰਾਲੇ ਦੀ 2.25 ਫੁੱਟ ਬਿੱਡ ਉੱਤੇ, 2.5 ਫੁੱਟ ਬਿੱਡ ਦੇ ਵਿੱਚ ਚੈੱਕ ਕਰੋ ਵੀ ਜੀ, ਜਪਾਨੀ ਜਾਲੀ ਲੱਗੀ ਹੋਈ ਹੈ ਜੀ। ਜਿਸਤੀ ਜਾਲੀ ਵੀ ਕਹਿੰਦੇ ਆ, ਸਟੀਲੀ ਵੀ ਕਹਿੰਦੇ ਆ, ਮੇਨ ਜਪਾਨ ਤੋਂ ਜਾਲੀ ਆਉਂਦੀ ਹੈ ਜੀ। ਆ 155 ਰੁਪਏ ਫੁੱਟ ਵਾਲੀ ਹੁੰਦੀ ਹੈ ਜੀ ਇਹ। ਆ ਸਾਈਡ 'ਤੇ ਆਪਣਾ ਲੋਕ ਲੱਗਿਆ ਹੋਇਆ ਜੀ, ਕਲੱਚ ਲੋਕ, ਆ ਡਾਲਾ ਰੋਕਣ ਦੇ ਕੰਮ ਆਉਂਦਾ ਜੀ, ਦੇਖ ਸਕਦੇ ਹੋ। ਡਾਲਾ ਬਿਲਕੁਲ ਫਿੱਟ ਹੋ ਗਿਆ ਵੀਰ ਜੀ, ਦੇਖ ਸਕਦੇ ਹੋ ਜੀ। ਨਾ ਪੈਰ ਨਾਲ ਦੱਬੋਗੇ ਨਹੀਂ, ਨਾ ਡਾਲਾ ਨਹੀਂ ਖੁੱਲੂਗਾ ਜੀ। ਦੋਨੋਂ ਸਾਈਡਾਂ 'ਤੇ ਕਲੱਚ ਲੋਕ ਦਿਆ ਹੁੰਦਾ ਹੈ ਜੀ। ਆ ਇਸ ਸਾਈਡ 'ਤੇ ਵੀ ਕਲੱਚ ਲੋਕ ਹੈ ਜੀ। ਬਾਕੀ ਕਈ ਵੀਰਾਂ ਨੂੰ ਦੂਆ ਡਾਲਾ ਚਾਹੀਦਾ ਹੁੰਦਾ ਜੀ, ਸਾਰਾ ਇੱਕ ਫਾੜ ਨੂੰ ਖੁੱਲ੍ਹਣ ਵਾਲਾ, 3 ਸਾਈਡ ਨੂੰ ਖੁੱਲ੍ਹਣ ਵਾਲਾ, ਸਾਰੇ ਡਾਲੇ ਸਾਰੇ ਡਾਲੇ ਤਿਆਰ ਕਰ ਦਾਂਗੇ ਆਪਾਂ, ਕੋਈ ਦਿੱਕਤ ਨਹੀਂ। ਬਾਕੀ ਇਹ ਡਾਲਾ ਆਪਾਂ ਜ਼ਿਆਦਾ ਤਿਆਰੀ ਕਰਕੇ ਰੱਖਦੇ ਹਾਂ। ਇਹ ਡਾਲੇ ਦੀ ਮਾਰਕੀਟ ਜ਼ਿਆਦਾ ਹੈ ਵੀਰ ਜੀ, ਹਰੇਕ ਬੰਦੇ ਦੀ ਚੋਇਸ ਹੁੰਦੀ ਹੈ ਜੀ ਕਿ 2 ਸਾਈਡ ਨੂੰ ਖੁੱਲ੍ਹਣ ਵਾਲਾ ਡਾਲਾ ਚਾਹੀਦਾ। ਫਰਸ਼ ਦੀ ਮੋਟਾਈ ਚੈੱਕ ਕਰ ਲਓ ਜੀ, 6 mm ਪਿਓਰ ਮੋਟਾ ਫਰਸ਼ ਹੈ ਜੀ ਜਹਾਜ਼ ਵਾਲਾ। ਆਹ ਲਾਈਟਾਂ ਨੇ ਜੀ ਆਪਣੀਆਂ, ਡਬਲ ਫਰੇਮ ਦਾ ਡਾਲਾ ਹੁੰਦਾ ਵੀਰ ਜੀ, ਆਹ ਫੁੱਲ ਮਜ਼ਬੂਤ ਹੈਵੀ। ਆਹ ਹੁੱਕ ਚੈੱਕ ਕਰੋ ਜੀ, ਪਿੱਛੇ ਟਰਾਲਾ ਪਾਉਣ ਨੂੰ ਕਿੰਨੀ ਹੈਵੀ ਹੁੱਕ ਲਾਈ ਹੋਈ ਹੈ ਜੀ। ਅੰਦਰ 6 ਇੰਚੀ ਵੱਤਾ ਲਾਇਆ ਹੋਇਆ ਜੀ, ਡਬਲ ਕਰਕੇ ਫੁੱਲ ਮਜ਼ਬੂਤ ਸਪੋਰਟ ਦਿੱਤੀ ਹੋਈ ਹੈ। ਜਿੰਨੀ ਮਰਜ਼ੀ ਲੋੜ ਦੀ ਭਰ ਕੇ ਪਿੱਛੇ ਟਰਾਲੀ ਪਾਓ ਜੀ। ਆਹ ਨੀਚੇ ਆਪਣਾ ਬੰਪਰ ਲੱਗਿਆ ਹੋਇਆ ਜੀ, ਡੋਂਟ ਫਲੋ ਮੀ, ਆਈ ਐਮ ਆਊਟ ਆਫ ਯੂਰ ਰੇਂਜ। MEW ਵੀਰ ਜੀ, ਐਮ ਤੋਂ ਮੋਹਨ, ਈ ਤੋਂ ਇੰਟਰਪ੍ਰਾਈਜ਼, ਡਬਲਯੂ ਤੋਂ ਵਰਕਸ਼ਾਪ, ਮੋਹਨ ਇੰਟਰਪ੍ਰਾਈਜ਼ ਵਰਕਸ਼ਾਪ ਅੰਬਾਲਾ। ਫੁੱਲ ਮੋਡੀਫਾਈ ਟਰਾਲਾ ਹੈ ਵੀਰ ਜੀ, ਵਜ਼ਨ 28 ਕੁਇੰਟਲ ਪਲੱਸ ਹੈ ਜੀ। ਰੇਟ 2,45,000 ਰੁਪਏ ਜੀ, ਬਾਕੀ ਮੌਕੇ 'ਤੇ ਘੱਟ ਵੱਧ ਹੋ ਜੂਗਾ ਵੀਰ ਜੀ। ਸਾਈਜ਼ ਵੀ ਬੋਲਦੇ ਹਾਂ ਦੁਬਾਰਾ ਤੁਹਾਨੂੰ, 14 ਫੁੱਟ ਲੰਬਾ ਹੈ ਜੀ, 7 ਫੁੱਟ ਚੌੜਾ ਹੈ, 2.25 ਫੁੱਟ ਬਾਡੀ ਹੈ ਜੀ ਟਰਾਲੇ ਦੀ। ਕਈ ਵੀਰ ਇਹਨੂੰ ਬਾੜ ਕਹਿੰਦੇ ਆ, ਬਾੜ 2.25 ਫੁੱਟ ਹੈ ਜੀ, ਬਿੱਡ 2.5 ਫੁੱਟ ਹੈ ਜੀ। ਮੱਛੀ ਉੱਕ ਹੈ ਜੀ, ਡਬਲ ਜੈਕ ਹੈ, 10 ਇੰਚੀ ਚਾਸੀ ਹੈ ਜੀ, 4-2 ਦੇ ਬੱਤੇ ਨੇ, 28 ਕੁਇੰਟਲ ਪਲੱਸ ਵਜ਼ਨ ਹੈ ਜੀ, 2,45,000 ਰੁਪਏ ਰੇਟ ਹੈ। ਅੰਬਾਲਾ ਸ਼ਹਿਰ ਵਰਕਸ਼ਾਪ ਹੈ ਜੀ ਆਪਣੀ, ਭੇਵੇ ਰੋਡ 'ਤੇ, ਅਤੇ ਮੋਬਾਈਲ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੰਦੇ ਹਾਂ ਵੀਰ ਜੀ। ਫੋਨ ਕਰਕੇ ਤੁਸੀਂ ਟਰਾਲੇ ਦੀ ਵੀਡੀਓ ਅਤੇ ਫੋਟੋਆਂ ਮੰਗਾ ਸਕਦੇ ਹੋ ਜੀ, ਅਤੇ ਵੀਡੀਓ ਪੂਰੀ ਦੇਖਿਆ ਕਰੋ, ਇਕੱਲੀ ਇਕੱਲੀ ਚੀਜ਼ ਆਪਾਂ ਟਰਾਲੇ ਦੀ ਦਿਖਾਉਂਦੇ ਹਾਂ ਵੀਰ ਜੀ ਵੀਡੀਓ ਦੇ ਵਿੱਚ। ਜੇ ਕੁਛ ਦੱਸਣਾ ਰਹਿ ਗਿਆ ਹੋਵੇ ਫੋਨ ਕਰਕੇ ਪੁੱਛ ਸਕਦੇ ਹੋ ਜੀ। ਧੰਨਵਾਦ ਵੀਰ ਜੀ, ਸਤਿ ਸ਼੍ਰੀ ਅਕਾਲ ਜੀ।